ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਸ਼ੁਰੂ ਹੋ ਗਿਆ। ਇਸ ਦੌਰਾਨ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੂੰਡ ਨੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲ ਜੁੱਤੀ ਛੁੱਟੀ। ਹਾਲਾਂਕਿ ਕਾਂਗਰਸ ਮਨ੍ਹਾ ਕਰ ਰਹੀ ਹੈ ਕਿ ਉਹਨਾਂ ਨੇ ਜੁੱਤੀ ਨਹੀਂ ਛੁੱਟੀ, ਪਰ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੂੰਡ ਦੇ ਪੈਰਾਂ ਵਿੱਚ ਜੁੱਤੀ ਨਹੀਂ ਸੀ। ਮਜੀਠੀਆ ਨੇ ਇਸ ਨੂੰ ਕਾਂਗਰਸ ਦਾ ਪਾਗਲਪਨ ਅਤੇ ਬਖਲਾਓਟ ਕਰਾਰ ਦਿੱਤਾ ਹੈ। ਤਾਂ ਬੜਾ ਕਲੀਅਰ ਆ, ਪਤਾ ਕਰ ਲਓ ਕੌਣ ਨੰਗੇ ਪੈਰੀ ਐਮ ਐਲ ਏ ਗਿਆ। ਸਭ ਬੱਚੇ ਬੱਚੇ ਕੋ ਮੈਨੇ ਤੋ ਇੱਕ ਆਦਮੀ ਕਾ ਨਾਮ ਲਿਆ, ਆਪਨੇ ਦੇਖਣਾ ਥਾ ਕੈਸੇ ਭਾਗ ਰਹਾ ਥਾ ਵੋ। ਔਰ ਜਬ ਦੋ ਤਿੰਨ ਬਾਰੀ ਉਸ ਨਹੀਂ ਐਸੇ ਹੈ ਵਿਦ ਆਲ ਡਿਊ ਰਿਸਪੈਕਟ, ਇਟ ਫਸਟ ਇਫ ਇਟ ਕੇਮ ਐਂਡ ਹਿਟ ਮੀ ਔਰ ਇਟ ਵਾਸ ਥਰੋਨ ਐਟ ਮੀ, ਆਈ ਵੁੱਡ ਦੈਨ ਓਨਲੀ ਆਸਕ ਫਾਰ ਸਮ ਐਕਸ਼ਨ। ਆਈ ਹੈਵ ਕੰਡੈਮਡ ਦੀ ਐਟ ਬਿਕੋਜ਼ ਇਟ ਵਾਸ ਥਰੋਨ, ਇਟ ਮਿਸਡ ਅ ਨੰਬਰ ਆਫ ਐਮ ਐਲ ਏਜ, ਇਟ ਸੀ ਐਮ ਵਾਸ ਆਲਸੋ ਸਿਟਿੰਗ ਦੇਰ, ਡੈਪਟੀ ਸੀ ਐਮ ਵਾਸ ਆਲਸੋ ਸਿਟਿੰਗ ਦੇਰ, ਚੁੰਨੀ ਭਗਤ ਲਾਲ ਜੀ ਵਾਸ ਆਲਸੋ ਸਿਟਿੰਗ ਦੇਰ, ਜੈਦਾਰ ਤੋਤਾ ਸਿੰਘ ਜੀ ਵਾਸ ਸਿਟਿੰਗ ਦੇਰ, ਆਰ ਜੱਜ ਸਾਹਿਬ ਵਾਸ ਸਿਟਿੰਗ ਦੇਰ। ਸੋ ਜੀ ਆਪਕੋ ਨਾਮ ਲੈ ਕੇ ਬਤਾਇਆ ਹੈ, ਸੂੰਡ ਮਿਸਟਰ ਜੋ ਐਮ ਐਲ ਏ ਹੈ ਵੋ ਥੋੜੇ ਆਜ ਯੇ ਸਾਰੇ ਜੋ ਤੁਹਾਰੇ ਦਲਿਤ ਲੀਡਰ ਜਿਤਨੇ ਵੀ ਹੈ, ਕੋਈ ਆਈ ਏ ਐਸ ਰਿਟਾਇਰ ਹੋਇਆ, ਕੋਈ ਜੱਜ ਰਿਟਾਇਰ ਹੋਇਆ, ਸਭ ਨੇ ਇਸ ਬਾਤ ਕੋ ਕੰਡੈਮ ਕਰਾ ਕਿ ਆਪ ਕੋਈ ਡੈਸਪਰੇਸ਼ਨ ਹੈ ਕਾਂਗਰਸ ਪਾਰਟੀ ਕੀ, ਉਹ ਠੀਕ ਹੈ, ਮਗਰ ਕਿਆ ਇਤਨਾ ਹਾਲਾਤ। ਹਾਂਜੀ ਦੇਖੋ ਮੈਨੂੰ ਤਾਂ ਲੋੜ ਕੋਈ ਨਹੀਂ ਜੀ, ਜੁੱਤੀਆਂ ਇਹ ਕਿਤੇ ਇਹਨਾਂ ਨੂੰ ਆਪ ਪੈ ਜਾਣੀ 2017 'ਚ, ਮੈਂ ਕੀ ਇਹਨਾਂ ਨੂੰ ਕਹਿਣਾ। ਮੈਨੇ ਵਿਕਰਮ ਮਜੀਠੀ ਦੇ ਉੱਪਰ ਨਹੀਂ ਜੁੱਤਾ ਮਾਰਿਆ, ਕਿਉਂਕਿ ਮੁਝੇ ਗਾਲੀ ਲਿਖਾਈ ਗਈ ਕਿ ਜੇ ਸਾਲੇ ਨੇ ਚੂੜੇ ਚਮਾਰੋਂ ਕਾ ਠੇਕਾ ਲੈ ਰੱਖਾ ਹੈ, ਜੇ ਵਿਰਸਾ ਸਿੰਘ ਬਟੋਹਾ ਨੇ ਮੁਝੇ ਗਾਲੀ ਨਿਕਾਲੀ, ਉਸਕੇ ਰਿਐਕਸ਼ਨ ਮੇਂ ਮੈਨੇ ਜੁੱਤਾ ਫੈਂਕਾ ਤੋ ਵਿਰਸਾ ਸਿੰਘ ਬਟੋਹੇ ਕੇ ਉੱਪਰ ਥਾ, ਪਤਾ ਨਹੀਂ ਕਿਸਕੇ ਲੱਗ ਗਿਆ, ਜੇ ਮੁਝੇ ਨਹੀਂ ਮਾਲੂਮ ਕਿਸਕੇ ਲੱਗ। ਜ਼ਿਕਰਯੋਗ ਹੈ ਕਿ ਕਾਂਗਰਸੀ ਵਿਧਾਇਕਾਂ ਨੇ ਬੁੱਧਵਾਰ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਸ਼ੁਰੂ ਕਰ ਦਿੱਤਾ ਸੀ। ਕਾਂਗਰਸੀ ਵਿਧਾਇਕਾਂ ਨੇ ਬੇਭਰੋਸਗੀ ਮਤੇ ਤੇ ਬਹਿਸ ਦੀ ਮੰਗ ਕਰਦੇ ਹੋਏ ਸਦਨ ਦੀ ਕਾਰਵਾਈ ਦਾ ਵਿਰੋਧ ਕੀਤਾ। ਕਾਂਗਰਸੀ ਵਿਧਾਇਕਾਂ ਨੇ ਇਸ ਪ੍ਰਦਰਸ਼ਨ ਦੌਰਾਨ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਕੁਰਸੀ ਵੱਲ ਕਾਗਜ਼ ਵੀ ਸੁੱਟੇ। ਕਾਂਗਰਸ ਦੇ ਵਿਰੋਧ ਦੇ ਬਾਵਜੂਦ ਵੀ ਸਦਨ ਦੀ ਕਾਰਵਾਈ ਜਾਰੀ ਰਹੀ। ਇਸ ਵਿਰੋਧ ਪ੍ਰਦਰਸ਼ਨ ਵਿੱਚ ਹੀ ਕਈ ਬਿੱਲ ਪਾਸ ਕੀਤੇ ਗਏ। ਚੰਡੀਗੜ੍ਹ ਤੋਂ ਸੋਨੂ ਹੰਸ, ਖਬਰ ਹਰਪਲ, ਇੰਡੀਆ ਲਈ।